ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਪ੍ਰਧਾਨਗੀ ਨੂੰ ਲੈ ਕੇ ਵੱਡਾ ਰੌਲਾ ਪੈਣ ਜਾ ਰਿਹਾ। ਦਰਅਸਲ ਅੱਜ ਜਲੰਧਰ ਦੇ ਵਿੱਚ ਸੁਖਬੀਰ ਤੋਂ ਬਾਗੀ ਆਗੂਆਂ ਦੀ ਇੱਕ ਵੱਡੀ ਮੀਟਿੰਗ ਰੱਖ ਲਈ ਗਈ ਹੈ, ਜਿਹਦੇ ਵਿੱਚ ਅੱਜ ਸਿੱਧੇ ਤੌਰ ਤੇ ਨੰਗੇ ਧੜਕ ਹੋ ਕੇ ਚੱਲਣ ਦਾ ਐਲਾਨ ਕੀਤਾ ਜਾਣਾ। ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਕਹਿੰਦੇ ਚਿੱਠੀ ਵੀ ਲਿਖੀ ਜਾਣੀ ਹੈ, ਜਿਹਦੇ ਵਿੱਚ ਜਿੱਥੇ ਮੁਆਫ਼ੀ ਦਾ ਜ਼ਿਕਰ ਹੋਊਗਾ। ਉੱਥੇ ਹੀ ਇਹ ਵੀ ਪਤਾ ਲੱਗਿਆ ਕਿ ਸੁਖਬੀਰ ਨੂੰ ਪ੍ਰਧਾਨਗੀ ਤੋਂ ਹਟਾਉਣ ਨੂੰ ਲੈ ਕੇ ਵੀ ਇਹ ਚਿੱਠੀ ਦੇ ਵਿੱਚ ਜ਼ਿਕਰ ਹੋ ਸਕਦਾ ਹੈ, ਮੰਗ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋ ਸਕਦੀ ਹੈ। ਔਰ ਨੰਗੇ ਧੜ ਜਿਹੜੇ ਜਿਹੜੇ ਲੀਡਰ ਚੱਲਣਗੇ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਸਮੇਤ ਕੁਝ ਹੋਰ ਵੱਡੇ ਆਗੂ, ਉਧਰ ਹੋਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਵੀ ਆਪਣੇ ਆਲੇ ਪਾਸੇ ਇੱਕ ਮੀਟਿੰਗ ਰੱਖ ਲਈ ਗਈ ਹੈ, ਜਿੱਥੇ ਇਹਨਾਂ ਬਾਕੀ ਵੱਡੇ ਆਗੂਆਂ ਦੇ ਵੱਲੋਂ ਆਪਣੀ ਮੀਟਿੰਗ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਜਾਂ ਹੋਰ ਆਗੂਆਂ ਨੂੰ ਸੱਦਿਆ ਗਿਆ। ਉੱਥੇ ਹੀ ਇਸ ਮੀਟਿੰਗ ਦੇ ਬਰਾਬਰ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਹਲਕਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ ਸਮੇਤ ਵੱਡੇ ਅਹੁਦੇਦਾਰਾਂ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖ ਲਈ ਗਈ ਹੈ। ਅੱਜ ਲੜਾਈ ਆਰ ਪਾਰ ਦੀ ਹੋਣ ਜਾ ਰਹੀ ਹੈ, ਅੱਜ ਪਤਾ ਲੱਗੇਗਾ ਕਿ ਅਗਵਾਈ ਬਾਕੀ ਧੜਾ ਕਰੇਗਾ ਅਕਾਲੀ ਦਲ ਦੀ ਜਾਂ ਸੁਖਬੀਰ ਸਿੰਘ ਬਾਦਲ ਹੀ ਕਰਨਗੇ। ਇਸ ਤੇ ਬਹੁਤ ਚਰਚਾ ਜਿਹੜੀ ਅਹਿਮ ਕਰਨੀ ਹੈ ਕੀ ਹੋਣ ਜਾ ਰਿਹਾ, ਕਿਹੜੇ ਵੱਡੇ ਬਾਗੀ ਆਗੂ ਦੀ ਵਾਪਸੀ ਸੁਖਬੀਰ ਵਾਲੇ ਪਾਸੇ ਹੋਈ ਹੈ, ਇਸ ਤੇ ਵੀ ਅਹਿਮ ਚਰਚਾ ਕਰਾਂਗੇ। ਉਧਰ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਇੱਕ ਲੈਟਰ ਇਹਨਾਂ ਮੀਟਿੰਗਾਂ ਤੋਂ ਪਹਿਲਾਂ, ਇੱਕ ਪੱਤਰ ਇਹਨਾਂ ਮੀਟਿੰਗਾਂ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੇ ਪਹੁੰਚ ਗਿਆ, ਕਿਹਦੇ ਵੱਲੋਂ ਕਿਉਂ ਪਹੁੰਚਿਆ ਉਹ ਪੱਤਰ, ਕੀ ਕੁਝ ਉਸ ਪੱਤਰ ਦੇ ਵਿੱਚ ਲਿਖਿਆ ਗਿਆ, ਇਸ ਤੇ ਵੀ ਅਹਿਮ ਚਰਚਾ ਕਰਾਂਗੇ। ਉਧਰ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਨੀ ਹੈ ਕਿ ਬਦਲਾਅ ਵਾਲੀ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਪਿਛਲੀਆਂ ਸਰਕਾਰਾਂ ਨਾਲੋਂ ਵੀ ਜਿਹੜੀ ਕਰਜ਼ੇ ਦੀ ਪੰਡ ਹੈ ਉਹ ਪੰਜਾਬ ਸਿਰ ਭਾਰੀ ਹੁੰਦੀ ਜਾ ਰਹੀ ਹੈ, ਕਿਵੇਂ ਤੇ ਕਿਉਂ, ਇਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਾਂਗੇ। ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਕੀਤੇ ਵੱਡੇ ਵਾਅਦੇ ਤੋਂ ਭੱਜਣ ਲੱਗੀ ਹੈ, ਕਿਹੜਾ ਵਾਅਦੇ ਤੋਂ ਭੱਜਣ ਲੱਗੀ ਹੈ, ਇਸ ਤੇ ਵੀ ਅਹਿਮ ਚਰਚਾ ਜਿਹੜੀ ਹੈ ਕਰਨੀ ਹੈ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਹੜੇ, ਸਭ ਤੋਂ ਪਹਿਲਾਂ ਮੈਂ ਸਵਾਗਤ ਕਰਵਾਉਣਾ ਸਰ, ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਣਖ ਸਾਹਿਬ ਕਹਿੰਦੇ ਕਿ ਅੱਜ ਲੜਾਈ ਜਿਹੜੀ ਆਰ ਪਾਰ ਦੀ ਹੋ ਜਾਣੀ ਹੈ ਬਾਗੀ ਧੜਿਆਂ ਦੇ ਵੱਲੋਂ, ਇਹ ਗੱਲ ਕਹੀ ਗਈ ਹੈ ਕਿ ਅੱਜ ਜਲੰਧਰ ਦੇ ਵਿੱਚ ਮੀਟਿੰਗ ਹੈ, ਕੱਲ ਵੀ ਆਪਣੇ ਆਪਣੇ ਹਲਕਿਆਂ ਦੇ ਵਿੱਚ ਬਾਗੀ ਧੜਿਆਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ, ਔਰ ਵੱਡੇ ਜਿਹੜੇ ਅਹੁਦੇਦਾਰ ਨੇ ਆਪਣੇ ਆਪਣੇ ਹਲਕੇ ਦੇ ਉਹਨਾਂ ਨੂੰ ਨਾਲ ਲੈ ਕੇ ਅੱਜ ਕਹਿੰਦੇ ਜਲੰਧਰ ਦੇ ਵਿੱਚ ਇੱਕ ਵੱਡੇ ਅਕਾਲੀ ਆਗੂ ਦੇ ਘਰੇ ਜਿਹੜੀ ਇਹ ਮੀਟਿੰਗ ਹੋਣੀ ਹੈ, ਔਰ ਇਸ ਮੀਟਿੰਗ ਦੇ ਵਿੱਚ ਕਹਿੰਦੇ ਕਿ ਪੱਤਰ ਵੀ ਸਾਂਝੇ ਤੌਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਜਾਊਗਾ, ਜਿੱਥੇ ਭੁੱਲਾਂ ਚੁੱਕਾਂ ਦੀ ਮੁਆਫ਼ੀ ਦੇ ਲਈ ਇਹ ਆਗੂ ਉੱਥੇ ਗੁਹਾਰ ਕਰਨਗੇ। ਇਹ ਵੀ ਪਤਾ ਲੱਗਿਆ ਕਿ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪ੍ਰਧਾਨਗੀ ਤੋਂ ਹਟਾਉਣ ਨੂੰ ਲੈ ਕੇ ਵੀ ਸੂਤਰ ਦੱਸਦੇ ਆ ਕਿ ਇਸ ਪੱਤਰ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਿਆ ਜਾ ਸਕਦਾ। ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਨੇ ਵੀ ਜਿਹੜੀ ਇੱਕ ਮੀਟਿੰਗ ਅਣਖੀ ਸਾਹਿਬ ਸੱਦ ਰਹੀ ਹੈ, ਕੱਲ ਵੀ ਮੀਟਿੰਗਾਂ ਹੋਈਆਂ ਉਹਨਾਂ ਦੀਆਂ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ, ਤੇ ਅੱਜ ਉਹਨਾਂ ਨੇ ਬਰਾਬਰ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ ਸਮੇਤ ਵੱਡੇ ਅਹੁਦੇਦਾਰਾਂ ਦੀ ਜਿਹੜੀ ਮੀਟਿੰਗ ਰੱਖ ਲਈ ਹੈ। ਪਤਾ ਲੱਗਿਆ ਕਿ ਕੁਝ ਜ਼ਿਲ੍ਹਾ ਪ੍ਰਧਾਨ ਜਿਹੜੇ ਆ ਉਹ ਬਾਗੀ ਧੜੇ ਦੇ ਨਾਲ ਵੀ ਹੈਗੇ ਆ, ਪਰ ਸਭ ਤੋਂ ਵੱਧ ਦਿਲਚਸਪ ਗੱਲ ਇਹ ਹੈ ਕਹਿੰਦੇ ਕਿ ਅੱਜ ਦੀ ਮੀਟਿੰਗ ਦੇ ਵਿੱਚ 44 ਸ਼ਾਮਲ ਬਾਗੀ ਧੜੇ ਦੀ ਮੀਟਿੰਗ ਦੇ ਵਿੱਚ ਹੋ ਸਕਦਾ ਹੈ, ਸੂਤਰ ਕਹਿ ਰਿਹਾ ਕਿ ਨਾ ਹੋਣ। ਇਹ ਵੀ ਸੂਤਰ ਦੱਸ ਰਹੇ ਨੇ ਕਿ ਸ਼ਾਇਦ 41 ਦੀ ਵਾਪਸੀ ਦੁਬਾਰਾ ਦੂਜੇ ਧੜੇ ਵਾਲੇ ਪਾਸੇ ਹੋ ਗਈ ਹੈ, ਬਾਗੀ ਧੜੇ ਦੇ ਵਿੱਚ ਸ਼ਾਇਦ ਹੁਣ 41 ਨਹੀਂ ਰਹੇ, ਇਹ ਸੂਤਰ ਦੱਸਦੇ ਆ। ਬਾਕੀ ਹੁਣ ਦੇਖਾਂਗੇ ਮੀਟਿੰਗ ਦੇ ਵਿੱਚ ਕੀ ਹੋਜੂ। ਕਿਵੇਂ ਦੇਖਦੇ ਹੋ ਕਿ ਅੱਜ ਨੰਗੇ ਧੜੇ ਹੋ ਕੇ ਚੱਲਣ ਦਾ ਐਲਾਨ ਬਾਗੀ ਧੜੇ ਦੇ ਵੱਲੋਂ ਕਰ ਦਿੱਤਾ ਜਾਣਾ ਸਿੱਧੇ ਤੌਰ ਤੇ, ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ? ਸੁਖਬੀਰ ਸਿੰਘ ਬਾਦਲ ਦੇ ਲਈ ਅੱਜ ਕਿੱਡਾ ਵੱਡਾ ਦਿਨ?
ਸੁਖਵਿੰਦਰ ਜੀ, ਜੇਕਰ ਅੱਜ ਦੇ ਦਿਨ ਦੀ ਗੱਲ ਕਰੀਏ ਕਿ ਵੱਡਾ ਦਿਨ ਕਿਹਦੇ ਵਾਸਤੇ ਆ, ਵੱਡਾ ਦਿਨ ਨਾ ਤਾਂ ਸੁਖਬੀਰ ਸਿੰਘ ਬਾਦਲ ਹੋਣਾ ਵਾਸਤੇ ਤੇ ਨਾ ਹੀ ਬਾਕੀ ਧੜੇ ਵਾਸਤੇ, ਸਭ ਤੋਂ ਵੱਡਾ ਦਿਨ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਹੈਗਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਆ ਬੜਾ ਮਾਣਮੱਤਾ ਸ਼ਾਨਮੱਤਾ 100 ਸਾਲਾਂ ਦਾ ਇਤਿਹਾਸ ਆ, ਜਿਸ ਨੇ ਬੜੀਆਂ ਵੱਡੀਆਂ ਲੜਾਈਆਂ ਲੜੀਆਂ ਨੇ। ਤੇ ਹੁਣ ਪ੍ਰਧਾਨਗੀ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਿਨ ਬ ਦਿਨ ਹਾਸ਼ੀਏ ਤੋਂ ਬਾਹਰ ਹੁੰਦਾ ਜਾ ਰਿਹਾ, ਸਥਿਤੀ ਵੱਡਾ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਦਾ ਹੈਗਾ। ਕੀ ਉਹ ਭਵਿੱਖ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਵਿੱਚ ਸੁਰੱਖਿਅਤ ਆ, ਜਾਂ ਬਾਕੀ ਧੜੇ ਦੇ ਇਹਨਾਂ ਨੇਤਾਵਾਂ ਦੇ ਹੱਥਾਂ ਵਿੱਚ ਜਿਹੜੇ ਮੀਟਿੰਗਾਂ ਜਿਹੜੀਆਂ ਕਰ ਰਹੇ ਨੇ ਤੇ ਬੀਤੇ ਸਮੇਂ 'ਚ ਜਿਨ੍ਹਾਂ ਨੇ ਕੀਤੀਆਂ ਨੇ। ਹੁਣ ਬੀਤੇ ਦਿਨ ਯਾਦ ਹੋਊਗਾ ਕਿ ਪਿਛਲੇ ਦਿਨਾਂ ਦੇ ਵਿੱਚ ਮੀਟਿੰਗਾਂ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਜਾਂ ਹੋਰ ਨੇਤਾ ਜਿਹੜੇ ਸਨ ਜਲੰਧਰ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਿਹਾ, ਖਾਸ ਤੌਰ ਤੇ ਉਦੋਂ ਕਿ ਜਦੋਂ ਅਕਾਲੀ ਦਲ ਦੇ ਉਮੀਦਵਾਰ ਦੀ ਜਿੰਮੀ ਚੋਣ ਭਰਾਉਣੀ ਸੀ। ਉਸ ਤੋਂ ਬਾਅਦ ਇਹ ਮੀਟਿੰਗਾਂ ਦਾ ਸਿਲਸਿਲਾ ਜਾਰੀ ਆ। ਈਵਨ ਕਿ ਇਹ ਵੀ ਗੱਲ ਕਹਿ ਰਹੀ ਕਿ ਜਦੋਂ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ, ਉਦੋਂ ਤੋਂ ਲੈ ਕੇ ਹੁਣ ਤੱਕ ਬਗਾਵਤੀ ਸੁਰਾਂ ਜਿਹੜੀਆਂ ਪ੍ਰਧਾਨ ਹੋਣਾਂ ਦੇ ਖਿਲਾਫ ਜਿਹੜੀਆਂ ਉੱਠੀਆਂ ਸ਼ੁਰੂ ਹੋ ਗਈਆਂ ਤੇ ਨੰਗੇ ਧੜ ਮਤਲਬ ਸਾਹਮਣੇ ਉਹ ਆ ਗਈਆਂ। ਜਦੋਂ ਜਲੰਧਰ 'ਚ ਮੀਟਿੰਗਾਂ ਹੋ ਰਹੀਆਂ ਸੀ, ਜਦੋਂ ਜਲੰਧਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਜਦੋਂ ਮੀਟਿੰਗਾਂ ਕਰ ਰਹੇ ਸੀ, ਉਸ ਵਕਤ ਵੀ ਸਿੱਧੂ ਸਾਹਿਬ, ਇੱਕ ਮੀਟਿੰਗ ਕਰਤਾਰਪੁਰ ਹਲਕੇ ਦੇ ਵਿੱਚ ਹੁੰਦੀ ਆ ਜਿਹਦੇ ਵਿੱਚ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਾਂ ਹੋਰ ਵਿਅਕਤੀ ਜਿਹੜੇ ਉਹ ਸ਼ਾਮਲ ਹੋਏ। ਉਹਨਾਂ ਦੇ ਵਿੱਚ ਕੋਈ ਵੀ ਸਰਕਾਰ ਦਾ ਨੇਤਾ ਨਹੀਂ ਸੀ ਹੈਗਾ, ਬਲਕਿ ਵਰਕਰ ਜਾਂ ਜ਼ਿਲ੍ਹਾ ਸਰਕਲ ਦਾ ਜਥੇਦਾਰ ਇਹੋ ਜਿਹੇ ਵਿਅਕਤੀ ਸਨ ਕਰਤਾਰਪੁਰ 'ਚ ਮੀਟਿੰਗ 'ਚ। ਤਾਂ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਉਹ ਅਕਾਲੀ ਦਲ ਦੇ ਪ੍ਰਧਾਨ ਨੂੰ ਲਿਖੀ ਸੀ ਕਿ ਹਾਂ ਭਈ ਪਾਰਟੀ ਦਾ ਇਹ ਪੱਧਰ ਤੇ ਨੁਕਸਾਨ ਹੋਇਆ ਤਾਂ ਸਾਨੂੰ ਦੱਸਿਆ ਜਾਵੇ। ਉਹਦੇ ਵਿੱਚ ਕੋਈ ਬਗਾਵਤੀ ਸੁਣਾ ਨਹੀਂ ਸੀ, ਪਰ ਉਹ ਮੀਟਿੰਗ ਜਿਹੜੀ ਕਰਤਾਰਪੁਰ ਸਾਹਿਬ 'ਚ ਹੋਈ, ਉਸ ਤੋਂ ਮਗਰੋਂ ਇਹ ਜਿਹੜੀਆਂ ਮੀਟਿੰਗਾਂ ਦਾ ਸਿਲਸਿਲਾ ਫਿਰ ਸਿੱਧੂ ਸਾਹਿਬ ਪਟਿਆਲਾ ਜਾਂ ਮਾਲਵੇ ਦੇ ਖੇਤਰ 'ਚ ਸ਼ੁਰੂ ਹੋ ਗਿਆ। ਹੁਣ ਜਿਸ ਤਰੀਕੇ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ ਹੋਣਾ ਨੇ ਆਪਣੇ ਹਲਕੇ ਘਨੌਰ 'ਚ ਆਪਣੇ ਪਾਰਟੀ ਵਰਕਰਾਂ ਨਾਲ, ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ, ਉਹਨਾਂ ਦੇ ਦਿਲ ਦੀ ਗੱਲ ਚੱਲੀ ਜਾਣੀ, ਉਸੇ ਤਰੀਕੇ ਨਾਲ ਸੁਰਜੀਤ ਸਿੰਘ ਰੱਖੜਾ ਹੋਣੀ ਵੀ ਚੱਲ ਪਏ, ਉਸ ਤੋਂ ਪਹਿਲਾਂ ਚਰਨਜੀਤ ਸਿੰਘ ਬਰਾੜ ਹੋਣੀ ਵੀ ਬੋਲੇ। ਪਰ ਜਿਹੜੀਆਂ ਮੀਟਿੰਗਾਂ ਦਾ ਸਿਲਸਿਲਾ ਹੋਇਆ ਬੀਤੇ 2-3 ਦਿਨਾਂ ਦੇ ਵਿੱਚ, ਉਹ ਮੀਟਿੰਗਾਂ ਦਾ ਸਿਲਸਿਲਾ ਇਹਨਾਂ ਨੇਤਾਵਾਂ ਵੱਲੋਂ ਆਪਣੇ ਵਰਕਰਾਂ ਦੀ ਗੱਲਬਾਤ ਨਾਲ ਕੀਤਾ ਗਿਆ, ਤੇ ਇੱਕ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਅਕਾਲੀ ਦਲ ਦਾ ਜਿਹੜਾ ਵਰਕਰ ਆ ਹੁਣ ਵੱਡੇ ਪੱਧਰ ਤੇ ਅਕਾਲੀ ਦਲ ਨੂੰ ਬਚਾਉਣ ਵਾਸਤੇ ਜਿਹੜਾ ਆ ਉਹ ਚਾਹੁੰਦਾ ਆ ਕਿ ਕੁਛ ਨਾ ਕੁਛ ਲੀਡਰਸ਼ਿਪ 'ਚ ਤਬਦੀਲੀ ਹੋਵੇ ਜਾਂ ਕਿਸੇ ਹੋਰ ਪਾਸੇ ਹੋਵੇ। ਹੁਣ ਇਸ ਗੱਲ ਨੂੰ ਲੈ ਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣੀ ਵੀ ਪੂਰੀ ਤਰ੍ਹਾਂ ਸੁਚੇਤ ਹੈਗੇ, ਉਹਨਾਂ ਵੱਲੋਂ ਵੀ ਇਹ ਬਰਾਬਰ ਤੇ ਮੀਟਿੰਗ ਜਿਹੜੀ ਆ ਉਹ ਰੱਖ ਲਈ ਗਈ। ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕੀਤੀ ਕਿ ਅੱਜ ਉੱਥੇ ਚੰਡੀਗੜ੍ਹ 'ਚ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਜ਼ਿਲ੍ਹਾ ਜਥੇਦਾਰ ਹਲਕਾ ਇੰਚਾਰਜ ਜਿਹੜੇ ਉਹ ਸ਼ਾਮਲ ਹੋਣਗੇ। ਹੁਣ ਇਹ ਵੇਖਣਾ ਹੋਏਗਾ ਅੱਜ ਦੂਜੇ ਪਾਸੇ ਬਾਕੀ ਧੜੇ ਵੱਲੋਂ ਵੀ ਜਲੰਧਰ 'ਚ ਮੀਟਿੰਗ ਜਿਹੜੀ ਉਹ ਰੱਖੀ ਗਈ ਆ, ਭਾਵ ਸਮਾਨਾਂਤਰ ਮੀਟਿੰਗਾਂ ਜਿਹੜੀਆਂ ਉਹ ਚੱਲਣਗੀਆਂ। ਤਾਂ ਹੁਣ ਸਥਿਤੀ ਇਹ ਆ ਕਿ ਅਕਾਲੀ ਦਲ ਦੀ ਕੀ ਸਥਿਤੀ ਹੋਊਗੀ ਇੱਥੇ, ਜੇਕਰ ਬਾਕੀ ਧੜਾ ਇਹ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ ਕਿ ਜਿਹੜਾ ਮੀਟਿੰਗਾਂ ਕਰ ਰਿਹਾ ਕਿ ਅਕਾਲੀ ਦਲ ਨੂੰ ਛੱਡ ਕੇ ਬਾਹਰ ਚਲਾ ਜਾਵੇ, ਤੇ ਨਾ ਹੀ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਏਡੀ ਜਲਦੀ ਬਾਜੀਆਂ ਦੇ ਦਬਾਅ ਵਿੱਚ ਆਣ ਕੇ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਗੇ। ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਹੁਣ ਲੜਾਈ ਲੜੀ ਜਾ ਰਹੀ ਹੈ, ਉਸ ਤੋਂ ਸਾਫ਼ ਸੰਕੇਤ ਆ ਕਿ ਉਹ ਇੱਕ ਲੰਮੀ ਲੜਾਈ ਲੜਨ ਦੇ ਮੂਡ 'ਚ ਨੇ, ਤੇ ਪਾਰਟੀ ਦੇ ਵਿੱਚ ਕਿਸੇ ਵੀ ਸੂਰਤ ਵਿੱਚ ਉਹਨਾਂ ਨੇ ਅਨੁਸ਼ਾਸਨ ਜਿਹੜਾ ਉਹ ਬਰਦਾਸ਼ਤ ਜਿਹੜਾ ਉਹ ਨਹੀਂ ਕਰਨਾ। ਹੁਣ ਇਹ ਜਿਹੜੇ ਬਾਕੀ ਧੜੇ ਦੇ ਵਿਅਕਤੀ ਨੇ, ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਣੀ ਹੋਣ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਬੜੇ ਨਾਮ ਨੇ ਕਿ ਜਿਹੜੇ ਇਸ ਵੇਲੇ ਪਹਿਲਾਂ ਤਾਂ ਪਰਦੇ ਦੇ ਪਿੱਛੇ ਹੀ ਹੁਣ ਪਰਦੇ ਦੇ ਸਾਹਮਣੇ ਆ ਚੁੱਕੇ ਆ। ਹੁਣ ਕੀ ਇਹ ਪਾਰਟੀ ਦੇ ਵਿੱਚ ਹੀ ਰਹਿ ਕੇ ਇਹ ਦਰਸਾਉਣਗੇ ਕਿ ਭਈ ਅਸਲੀ ਅਕਾਲੀ ਦਲ ਕਿਹੜਾ ਹੈ, ਅਸੀਂ ਨੇਤਾ ਜਾਂ ਸੁਖਬੀਰ ਸਿੰਘ ਬਾਦਲ ਹੋਣੀਆਂ? ਹੁਣ ਤਾਂ ਸਥਿਤੀਆਂ ਇਹੋ ਜਿਹੀਆਂ ਬਣ ਜਾਣੀਆਂ, ਕਿਉਂਕਿ ਜੇਕਰ ਇਹ ਨੇਤਾ ਪਾਰਟੀ ਛੱਡਦੇ ਨਹੀਂ ਆ, ਤਾਂ ਦੂਸਰੇ ਬੰਨੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣੀ ਇੰਨੇ ਵੱਡੇ ਪੱਧਰ ਤੇ ਕੋਈ ਐਕਸ਼ਨ ਲੈ ਨਹੀਂ ਸਕਦੇ ਕਿ ਜਿੰਨੇ ਵੀ ਵਿਰੋਧੀ ਆ ਸਾਰਿਆਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਕੱਢ ਦੇ ਵਿਖਾ ਦੇਣ। ਤੇ ਜੇਕਰ ਅਜਿਹੀ ਸਥਿਤੀ ਬਣਦੀ ਹੈ ਤਾਂ ਫਿਰ ਅਕਾਲੀ ਦਲ 'ਚ ਰਹੂਗਾ ਕੀ, ਜਿਵੇਂ ਇੰਨੇ ਸੀਨੀਅਰ ਨੇਤਾ ਨੂੰ ਸੁਖਬੀਰ ਸਿੰਘ ਬਾਦਲ ਹੋਣੀ ਅਨੁਸ਼ਾਸਨ ਕਮੇਟੀ ਦਾ ਸਹਾਰਾ ਲੈ ਕੇ ਬਰਵਿੰਦਰ ਸਿੰਘ ਭੁੰਦੜ ਨੂੰ ਕਹਿ ਕੇ ਕਹਿੰਦੇ ਕਿ ਹਾਂ ਭਾਈ ਸਾਰੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਆਧਾਰ ਤੇ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਰਹੂਗਾ ਕਿੱਥੇ?
ਤਾਂ ਸੋ ਇਸ ਕਰਕੇ ਸਰਦਾਰ ਸੁਖਬੀਰ ਸਿੰਘ ਹੁਣੀ ਇਹ ਫੈਸਲਾ ਮੇਰਾ ਨਹੀਂ ਖਿਆਲ ਇਹੋ ਜਿਹਾ ਲੈਣ। ਹਾਂ, ਮੀਟਿੰਗਾਂ ਦੇ ਵਿੱਚ ਆਪੋ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਆ, ਚਾਹੇ ਉਹ ਬਾਗੀ ਧੜਾ ਕਰੇ ਤੇ ਚਾਹੇ ਸੁਖਬੀਰ ਸਿੰਘ ਬਾਦਲ ਹੁਣੀ ਕਰਨ, ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਜ਼ਰੂਰ ਕਰਨਗੇ। ਹੁਣ ਦੀ ਜਿਹੜੀ ਲੀਡਰਸ਼ਿਪ ਆ, ਸਿੱਧੂ ਸਾਹਿਬ ਅਜਿਹੀ ਲੀਡਰਸ਼ਿਪ ਆ ਕਿ ਜਿਹੜੀ ਪਹਿਲਾਂ ਤਾਂ ਪਰਦੇ ਦੇ ਪਿੱਛੇ ਗੱਲਾਂ ਕਰਦੀ ਸੀ, ਹੁਣ ਜਿਹੜੀ ਲੀਡਰਸ਼ਿਪ ਆ, ਜਿਹੜੀ ਬਾਗੀ ਜਿਹਨਾਂ ਨੂੰ ਅਸੀਂ ਕਹਿ ਰਹੇ ਹਾਂ ਬਗਾਵਤੀ ਸੁਰਾਂ ਜਿਹਨਾਂ ਨੇ ਕੀਤੀਆਂ, ਉਹ ਅਜੇ ਹੁਣ ਮੀਟਿੰਗਾਂ ਦੇ ਦੌਰ ਦੇ ਵਿੱਚ ਲੈ ਕੇ ਆਪਣੇ ਆਪ ਨੂੰ ਇਹ ਦੱਸਣਗੇ ਕਿ ਅਕਾਲੀ ਦਲ ਸਾਡੇ ਹੱਥਾਂ ਵਿੱਚ ਸੁਰੱਖਿਅਤ ਆ, ਤੇ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਹੁਣੀ ਬਾਦਲ ਹੁਣੀ ਦੱਸਣਗੇ ਕਿ ਅਕਾਲੀ ਦਲ ਉਹਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਆ। ਗੱਲ ਤਾਂ ਇੱਥੇ ਇਹ ਮੁੱਕਦੀ ਹੈ। ਹੁਣ ਦੂਜੇ ਪਾਸੇ ਅਸਲ 'ਚ ਗੱਲ ਤਾਂ ਪ੍ਰਧਾਨਗੀ ਨੂੰ ਲੈ ਕੇ, ਕਿਉਂਕਿ ਬਾਗੀ ਧੜਾ ਅੱਜ ਦਾ ਨਹੀਂ, ਬੀਤੇ ਜਦੋਂ ਦੀ 19 ਨੂੰ ਇਲੈਕਸ਼ਨ ਹੋਈ ਹੈ ਜਾਂ 17 ਦੇ ਵਿੱਚ ਇਲੈਕਸ਼ਨ ਹੋਈ ਹੈ, ਜਦੋਂ ਅਕਾਲੀ ਦਲ ਸੱਤਾ ਤੋਂ ਬਾਹਰ ਹੋਇਆ, ਉਦੋਂ ਤੋਂ ਲੈ ਕੇ ਹੁਣ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਉਂਗਲਾਂ ਉੱਠਦੀਆਂ ਰਹੀਆਂ ਕਿ ਇਹਨਾਂ ਨੂੰ ਲੀਡਰਸ਼ਿਪ ਤਿਆਰ ਦੇਣੀ ਚਾਹੀਦੀ। ਪਰ ਸੁਖਬੀਰ ਸਿੰਘ ਬਾਦਲ ਹੁਣ ਨੇ ਪ੍ਰਧਾਨਗੀ ਜਿਹੜੀ ਆ ਉਹ ਨਹੀਂ ਛੱਡੀ, ਤੇ ਨਾ ਹੀ ਉਹ ਛੱਡਣ ਦੇ ਮੂਡ 'ਚ ਨੇ। ਅਸਲ 'ਚ ਲੜਾਈ ਤਾਂ ਪ੍ਰਧਾਨਗੀ ਨੂੰ ਛਡਾਉਂਦੀ ਹੈ, ਪਰ ਜਿਹੜਾ ਆਮ ਵਿਅਕਤੀ ਆ, ਜਿਹੜਾ ਪੰਜਾਬ ਦਾ ਆਮ ਸ਼ਹਿਰੀ ਆ ਜਾਂ ਨਾਗਰਿਕ ਆ, ਜਿਹੜਾ ਸੋਚਦਾ ਕਿ ਜਿਸ ਨੂੰ ਅਕਾਲੀ ਦਲ ਨਾਲ ਹਮਦਰਦੀ ਹੋ, ਉਹ ਇਹ ਸੋਚਦਾ ਕਿ ਅਕਾਲੀ ਦਲ ਜਿਹੜਾ ਉਹ ਕਿਸੇ ਵੀ ਸੂਰਤ ਵਿੱਚ ਖਤਮ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਉਹਦੀ ਨਗਾਰ ਵਾਲੀ ਸਥਿਤੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ, ਮਜ਼ਬੂਤ ਹੋਣੀ ਚਾਹੀਦੀ ਆ। ਬਹੁਤ ਅਹਿਮ ਗੱਲ ਇਹ ਸੀ ਕਿ ਇਹ ਵੀ ਗੱਲ ਪਤਾ ਲੱਗੀ ਹੈ ਕਿ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਅੱਜ ਬਾਗੀ ਧੜੇ ਦੇ ਵੱਲੋਂ ਇਸ ਦੇ ਵਿੱਚ ਇਹ ਗੱਲ ਕਹਿਣ ਦੀ ਕਹੀ ਗਈ ਹੈ। ਕਹਿੰਦੇ ਕਿ ਕਹਿ ਸਕਦੇ ਆ ਕਿ ਭਾਈ ਤੁਸੀਂ ਸੁਖਬੀਰ ਨੂੰ ਹਟਾਉਣ ਦੇ ਲਈ ਇਹਦੇ ਵਿੱਚ ਜਿਹੜਾ ਦਖਲ ਦਿਓ, ਕਿਉਂਕਿ ਪੰਥਕ ਪਾਰਟੀ ਜਿਹੜੀ ਉਹ ਨਿਗਾਰ ਵਾਲੇ ਪਾਸੇ ਵੱਧ ਰਹੀ ਹੈ। ਅਜਿਹੀ ਚਰਚਾ ਹੈਗੀ ਆ ਸੂਤਰਾਂ ਤੋਂ ਕਿ ਸ਼ਾਇਦ ਅਜਿਹੀ ਚਿੱਠੀ ਇੱਕ ਲਿਖੀ ਜਾ ਸਕਦੀ ਹੈ ਜਿੱਥੇ ਮੁਆਫੀ ਮੰਗੀ ਜਾ ਸਕਦੀ ਹੈ, ਕਿਉਂਕਿ ਜੇ ਇਹ ਕਹਿ ਰਹੇ ਸੀ ਕਿ ਚੰਗੇ ਤਰੀਕੇ ਨਾਲ ਸਿੱਧੇ ਤੌਰ ਤੇ, ਜਿਵੇਂ ਚਰਨਜੀਤ ਬਰਾੜ ਹੁਣੀ ਵੀ ਕਹਿ ਰਹੇ ਸੀ ਕਿ ਜਿਵੇਂ ਮੁਆਫੀ ਮੰਗੀ ਜਾਣੀ ਚਾਹੀਦੀ ਸੀ ਉਵੇਂ ਨਹੀਂ ਮੰਗੀ ਗਈ, ਇਹ ਆਗੂ ਉਸ ਤਰੀਕੇ ਨਾਲ ਮੁਆਫੀ ਮੰਗ ਸਕਦੇ ਆ ਔਰ ਦਖਲ ਦੇਣ ਦੇ ਲਈ ਕਹਿ ਸਕਦੇ ਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਿ ਭਾਈ ਤੁਸੀਂ ਵਿੱਚ ਦਖਲ ਦਿਓ ਪ੍ਰਧਾਨਗੀ ਵਾਲੇ ਸਿਸਟਮ ਦੇ ਵਿੱਚ। ਔਰ ਦੂਜੇ ਪਾਸੇ ਇਸ ਮੀਟਿੰਗ ਤੋਂ ਪਹਿਲਾਂ ਹੀ, ਦੋਵਾਂ ਚਾਹੇ ਸੁਖਬੀਰ ਵਾਲੀ ਆ ਚਾਹੇ ਬਾਗੀ ਧੜੇ ਦੀ ਮੀਟਿੰਗ ਹੈ, ਇਸ ਮੀਟਿੰਗ ਤੋਂ ਪਹਿਲਾਂ ਇੱਕ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹੁੰਚ ਗਿਆ ਭਾਈ ਗੁਰਚਰਨ ਸਿੰਘ ਗਰੇਵਾਲ ਉਹਨਾਂ ਦੇ ਵੱਲੋਂ। ਇਹ ਪੱਤਰ ਜਿਹੜਾ ਲਿਖਿਆ ਗਿਆ ਉਹਦੇ ਵਿੱਚ ਇੱਕਜੁੱਟਤਾ ਕਰਨ ਦੀ, ਇੱਕ ਝੰਡੇ ਥੱਲੇ ਇਕੱਠੇ ਹੋਣ ਦੇ ਆਦੇਸ਼ ਜਾਰੀ ਕਰਨ ਦੀ ਗੱਲ ਜਿਹੜੀ ਆ ਉਹ ਕਹਿ ਦਿੱਤੀ ਗਈ ਹੈ ਔਰ ਅਪੀਲ ਕੀਤੀ ਗਈ ਹੈ ਜਥੇਦਾਰ ਸਾਹਿਬ ਨੂੰ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਅਕਾਲ ਤਖ਼ਤ ਸਾਹਿਬ ਦੀ ਚਿੱਠੀ ਦੇ ਵਿੱਚ ਕਿ ਭਾਈ ਇਹਨਾਂ ਸਾਰਿਆਂ ਨੂੰ ਕਹੋ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੱਖ ਵੱਖ ਮਸਲਿਆਂ ਦੇ ਲਈ ਸਾਰੇ ਜਣੇ ਜਿਹੜੇ ਇਕੱਠੇ ਹੋ ਜਾਣ। ਕੀ ਲੱਗਦਾ ਕਿ ਇਹ ਚਿੱਠੀ ਇਹ ਕੰਮ ਨਿਬੇੜੂਗੀ ਇਹਨਾਂ ਮੀਟਿੰਗਾਂ ਦਾ, ਚਾਹੇ ਉਹ ਸੁਖਬੀਰ ਵਾਲੀਆਂ ਮੀਟਿੰਗਾਂ ਨੇ ਚਾਹੇ ਉਹ ਬਾਗੀ ਧੜੇ ਵਾਲੀਆਂ ਮੀਟਿੰਗਾਂ ਨੇ, ਇਹ ਸੁਖਬੀਰ ਦੇ ਹੱਕ ਵਾਲੇ ਪਾਸੇ ਚਿੱਠੀ ਜਾ ਸਕਦੀ ਹੈ ਜਾਂ ਨਹੀਂ, ਕਿਵੇਂ ਦੇਖਦੇ ਹੋ ਪੁਰੀ ਜੀ? ਬਿਲਕੁਲ ਸੁਖਵਿੰਦਰ ਜੀ, ਜਿਹੜੀ ਤੁਸੀਂ ਜਾਣਕਾਰੀ ਸਾਂਝੀ ਕੀਤੀ ਹੈ ਉਸ ਜਾਣਕਾਰੀ ਦੇ ਆਧਾਰ ਤੇ ਅਸੀਂ ਗੱਲ ਕਰੀਏ ਕਿ ਜਦੋਂ ਵੀ ਅਕਾਲੀ ਦਲ ਤੇ ਸੰਕਟ ਛਾਇਆ ਪੰਜਾਬ ਦੇ ਵਿੱਚ, ਬੜੇ ਮੌਕੇ ਏਦਾਂ ਤੇ ਆਏ ਨੇ ਉਦੋਂ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖਦੇ ਜਾਂ ਉਹਨਾਂ ਦੀ ਦਖਲ ਅੰਦਾਜ਼ੀ ਜਾਂ ਇੰਟਰਫੇਰੈਂਸ ਦੀ ਜਿਹੜੀ ਮੰਗ ਆ ਉਹ ਕਰ ਲਈ ਜਾਂਦੀ ਹੈ ਕਿ ਹਾਂ ਵੀ ਇਸ ਵਕਤ ਪਾਰਟੀ ਨੂੰ ਜਾਂ ਕੌਮ ਨੂੰ ਬਚਾਉਣਾ ਤਾਂ ਤੁਹਾਡੀ ਲੋੜ ਹੈਗੀ ਆ, ਤਾਂ ਫਿਰ ਜਥੇਦਾਰ ਸਾਹਿਬ ਕੋਈ ਨਾ ਕੋਈ ਫੈਸਲਾ ਜਿਹੜਾ ਦਿੰਦੇ ਆ। ਤੇ ਅਜਿਹੀਆਂ ਚਿੱਠੀਆਂ ਸੁਖਵਿੰਦਰ ਜੀ ਬੀਤੇ ਦੌਰ ਦੇ ਵਿੱਚ ਵੀ ਬੜੀਆਂ ਲਿਖੀਆਂ ਜਾਂਦੀਆਂ ਰਹੀਆਂ ਨੇ ਔਰ ਜਥੇਦਾਰ ਅਕਾਲ ਤਖ਼ਤ ਜਿਹੜੇ ਇੰਟਰਫੇਰੈਂਸ ਕਰਦੇ ਰਹੇ ਆ। ਚਲੋ ਉਹ ਇੱਕ ਲੰਮੀ ਗੱਲ ਆ, ਗੱਲ ਲੰਮੀ ਹੋ ਜਿਹੜੀ ਆਪਾਂ ਟੂ ਦਾ ਪੁਆਇੰਟ ਗੱਲ ਇੱਥੇ ਹੀ ਕਰਦੇ ਹਾਂ। ਹੁਣ ਜਿਸ ਤਰੀਕੇ ਨਾਲ ਬਾਕੀ ਧੜੇ ਵੱਲੋਂ ਚਿੱਠੀ ਲਿਖਣ ਦੀਆਂ ਕਨਸੋਵਾਂ ਨੇ, ਦੂਜੇ ਪਾਸੇ ਉਸ ਕਨਸੋਵਾਂ ਨੂੰ ਨਜ਼ਰ ਕਰਦਿਆਂ ਪਹਿਲਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਜਿਹੜੇ ਸ਼੍ਰੋਮਣੀ ਕੋਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਰੇਵਾਲ ਸਾਹਿਬ ਨੇ ਉਹਨਾਂ ਨੇ ਚਿੱਠੀ ਜਿਹੜੀ ਆ ਉਹ ਲਿਖ ਦਿੱਤੀ ਹੈ। ਜਾਂ ਤਾਂ ਉਹ ਜਿਹੜੀ ਬਾਗੀ ਧੜੇ ਵੱਲੋਂ ਚਿੱਠੀ ਲਿਖਣੀ ਸੀ ਉਹਦਾ ਪਤਾ ਲੱਗ ਚੁੱਕਾ ਦੂਜੇ ਪਾਸੇ ਸਰਦਾਰ ਸੁਖਬੀਰ ਸਿੰਘ ਹੋਣਾਂ ਨੂੰ, ਤਾਂ ਉਹਨਾਂ ਵੱਲੋਂ ਇਹ ਪਹਿਲਾਂ ਕਾਰਵਾਈ ਕਰ ਦਿੱਤੀ ਗਈ। ਤਾਂ ਹੁਣ ਬਾਗੀ ਧੜਾ ਵੀ ਜਿਹੜਾ ਆ ਉਹ ਚਿੱਠੀ ਲਿਖਣ ਦੇ ਮੂਡ 'ਚ ਹੈਗਾ, ਕਿਉਂਕਿ ਬੀਤੇ ਲੰਬੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਮੰਗੀ ਗਈ ਮਾਫ਼ੀ ਜਿਹੜੀ ਅਜੇ ਤੱਕ ਪੰਥ ਨੇ ਪਰਵਾਨ ਜਿਹੜੀ ਨਹੀਂ ਕੀਤੀ, ਜਿਹੜੀਆਂ ਚਰਚਾਵਾਂ ਨੇ ਜਾਂ ਜਿਸ ਚੀਜ਼ ਨੂੰ ਬਾਗੀ ਧੜਾ ਕਰਦਾ,
ਤਾਂ ਹੁਣ ਬਾਕੀ ਧੜੇ ਨੇ ਵੇਖਿਆ ਕਿ ਜਿਸ ਤਰੀਕੇ ਦੇ ਨਾਲ ਹੁਣ ਸਥਿਤੀਆਂ ਦੂਜੇ ਪਾਸੇ ਵੀ ਆਰ ਪਾਰ ਦੀ ਲੜਾਈ ਕਰਨ ਦੇ ਮੂਡ 'ਚ ਨੇ, ਤਾਂ ਉਹਨਾਂ ਵੱਲੋਂ ਇਹ ਚਿੱਠੀ ਜਿਹੜੀ ਹੈ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂਦੀ ਆ ਤੇ ਦੂਜੇ ਪਾਸੇ ਇੱਕ ਚਿੱਠੀ 'ਚ ਆ ਚੁੱਕੀ ਆ, ਤਾਂ ਇਹ ਵੇਖਣਾ ਹੋਵੇਗਾ ਕਿ ਜਥੇਦਾਰ ਸਾਹਿਬ ਦੇ ਫੈਸਲੇ ਨੂੰ, ਜਿਹੜਾ ਜਥੇਦਾਰ ਸਾਹਿਬ ਕੋਈ ਵੀ ਫੈਸਲਾ ਕਰਦੇ ਆ, ਕੀ ਉਸ ਫੈਸਲੇ ਨੂੰ ਦੋਵੇਂ ਧਿਰਾਂ ਮੰਨਣਗੀਆਂ। ਸਭ ਤੋਂ ਵੱਡੀ ਗੱਲ ਤਾਂ ਇਹ ਆ, ਕਿਉਂਕਿ ਜਥੇਦਾਰ ਦੇ ਉੱਤੇ ਹਮੇਸ਼ਾ ਇਹ ਇਲਜ਼ਾਮ ਜਿਹੜਾ ਲੱਗਦਾ ਰਿਹਾ ਕਿ ਜਥੇਦਾਰ ਜਿਹੜਾ ਨਾ ਬਾਦਲ ਪਰਿਵਾਰ ਦਾ ਹੱਥ ਠੋਕਾ ਜਿਹੜਾ ਹੈਗਾ ਕਿ ਉਹਨਾਂ ਵੱਲੋਂ ਜਿਹੜੀ ਬਣਾਇਆ ਜਾਂਦਾ, ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਕੀ ਬਾਗੀ ਧੜਾ ਜਥੇਦਾਰ ਦੇ ਵੱਲੋਂ ਕੀਤੇ ਗਏ ਫੈਸਲੇ ਨੂੰ ਪ੍ਰਵਾਨ ਕਰੂਗਾ? ਨੰਬਰ 1, ਕੀ ਉਹ ਫੈਸਲਾ ਜੇਕਰ ਸੁਖਬੀਰ ਸਿੰਘ ਬਾਦਲ ਹੋਣਾ ਦੇ ਖਿਲਾਫ ਜਾਂਦਾ ਤੇ ਕੀ ਸੁਖਬੀਰ ਸਿੰਘ ਬਾਦਲ ਹੋਣੀ ਉਸ ਫੈਸਲੇ ਨੂੰ ਪ੍ਰਵਾਨ ਕਰਨਗੇ? ਕਿਉਂਕਿ ਇਹ ਗੱਲ ਮੈਂ ਤਾਂ ਕਹੀ ਆ ਕਿਉਂਕਿ ਇੱਕ ਵਾਰੀ ਅੱਗੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਰੇ ਅਕਾਲੀ ਦਲਾਂ ਨੂੰ ਸੱਦਿਆ ਸੀ ਤੇ ਸਾਰੇ ਅਕਾਲੀ ਦਲ ਉੱਥੇ ਪੇਸ਼ ਹੋਏ ਸਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ, ਤਾਂ ਬਾਦਲ ਸਾਹਿਬ ਜਦੋਂ ਗਏ ਤਾਂ ਪੂਰਾ ਆਪਣਾ ਹਜੂਮ ਲਾਮ ਲਸ਼ਕਰ ਲੈ ਕੇ ਗਏ, ਤਾਂ ਉੱਥੇ ਮਰਹੂਮ ਜਰਨਜੀਤ ਸਿੰਘ ਬ੍ਰਹਮਪੁਰਾ ਸੇਵਾ ਸਿੰਘ ਸੇਖਵਾਂ ਨੇ ਨੰਗੀਆਂ ਗਾਲਾਂ ਜਿਹੜੀਆਂ ਸੀ ਜਥੇਦਾਰ ਤੋਂ ਜਿਹੜੀਆਂ ਕੱਢੀਆਂ ਸੀ ਤੇ ਦਰਵਾਜ਼ੇ ਬੰਦ ਹੋ ਗਏ ਸੀ। ਸੋ ਇਹ ਬੀਤਿਆ ਇਤਿਹਾਸ ਜਿਹੜਾ ਹੈਗਾ, ਤਾਂ ਉਸ ਇਤਿਹਾਸ ਦੇ ਸੰਤਰਗਤ ਜਿਹੜੀ ਮੈਂ ਇਹ ਗੱਲ ਕੀਤੀ ਆ ਕਿ ਅਜਿਹੀ ਸਥਿਤੀ ਕਿ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਜੇ ਮਾਫ਼ ਕਰਦਾ ਜਥੇਦਾਰ ਸਾਹਿਬ ਦੇ ਫੈਸਲੇ ਨੂੰ ਜੇ ਤੇ ਦੋਵੇਂ ਧਿਰਾਂ ਮਨਜ਼ੂਰ ਕਰਦੀਆਂ ਨੇ, ਤਾਂ ਫਿਰ ਹੋ ਸਕਦਾ ਸਿੱਧੂ ਸਾਹਿਬ ਕਿ ਅਕਾਲੀ ਦਲ ਦੇ ਵਿੱਚ ਇਹ ਜਿਹੜੀ ਪਾਟੋ ਧਾਰ ਦੀ ਜਿਹੜੀ ਸਥਿਤੀ ਪਈ ਆ ਇਹ ਕਿਸੇ ਬੰਨੇ ਲੱਗ ਜਾਵੇ, ਇਹ ਇਸ ਨੂੰ ਪੈਚਅਪ ਹੋ ਸਕੇ। ਪਰ ਬਹੁਤੇ ਲੋਕ ਇਹ ਕਹਿ ਦਿੰਦੇ ਆ ਕਿ ਜਥੇਦਾਰ ਤਾਂ ਹੈ ਹੀ ਬਾਦਲਾਂ ਦਾ, ਬਾਦਲਾਂ ਦੇ ਥਾਪੇ ਹੋਏ ਜਥੇਦਾਰ ਇਹੋ ਜਿਹੀਆਂ ਗੱਲਾਂ ਵੀ ਕਰ ਦਿੰਦੇ ਆ। ਮੈਂ ਤਾਂ ਸੁਖਵਿੰਦਰ ਜੀ ਪਹਿਲਾਂ ਹੀ ਗੱਲ ਕੀਤੀ ਕਿ ਜਥੇਦਾਰ ਤੇ ਇਲਜ਼ਾਮ ਵੀ ਇਹ ਲੱਗਦਾ ਕਿ ਜਥੇਦਾਰ ਬਾਦਲ ਪਰਿਵਾਰ ਦੇ ਉਹਨਾਂ ਵੱਲੋਂ ਨਿਯੁਕਤ ਕੀਤੇ ਗਏ ਆ, ਤਾਂ ਫਿਰ ਕੀ ਜਥੇਦਾਰ ਦੀ ਇੰਨੀ ਜ਼ਰੂਰਤ ਹੋਊਗੀ? ਮੈਂ ਸਿੱਧੀ ਗੱਲ ਲੱਗਾਂ ਕਿ ਬਾਦਲ ਪਰਿਵਾਰ ਦੇ ਖਿਲਾਫ ਜਾਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਉਹ ਕੋਈ ਫੈਸਲਾ ਦੇ ਸਕਣ? ਪਹਿਲਾ ਪ੍ਰਸ਼ਨ ਤਾਂ ਇਹ ਆ, ਕਿਉਂਕਿ ਜਿਨ੍ਹਾਂ ਜਿਨ੍ਹਾਂ ਵੀ ਵਿਅਕਤੀਆਂ ਨੇ ਬੀਤੇ ਇਤਿਹਾਸ ਦੀ ਗੱਲ ਲੱਗਾਂ ਗੱਲ ਕਰਨ, ਜਿਨ੍ਹਾਂ ਜਿਨ੍ਹਾਂ ਨੇ ਬੀਤੇ ਜਥੇਦਾਰਾਂ ਨੇ ਸੱਦਿਆ, ਤਾਂ ਫਿਰ ਉਹਨਾਂ ਜਥੇਦਾਰਾਂ ਨੂੰ ਰਗੜਿਆ ਪੜਾ, ਚਾਹੇ ਉਹ ਭਾਈ ਰਣਜੀਤ ਸਿੰਘ ਜੀ, ਭਾਈ ਭਾਈ ਮਨਜੀਤ ਸਿੰਘ ਹੋਣੀ ਸੀ, ਬਹੁਤ ਕੁਝ ਏਦਾਂ ਦਾ ਇਤਿਹਾਸ ਜਿਹੜਾ ਉਹ ਪਿਆਇਆ ਜਿਹਨਾਂ ਤੋਂ ਅਸੀਂ ਅੱਖੀ ਮੈਂ ਉਹਨਾਂ ਦਾ ਚਸ਼ਮਦੀਦ ਗਵਾ ਰਿਹਾ ਜੀ। ਤਾਂ ਗੱਲ ਉਸੇ ਬੰਨੇ ਆ ਜਾਂਦੇ ਆ। ਤਾਂ ਸੁਖਵਿੰਦਰ ਜੀ ਦੂਸਰੇ ਬੰਨੇ ਗੱਲ ਇਹ ਹੈ ਕਿ ਅਕਾਲ ਤਖਤ ਦੇ ਜਥੇਦਾਰ ਦੀ ਜਿਹੜੀ ਦਖਲ ਅੰਦਾਜ਼ੀ ਨੂੰ ਕੀ ਸੰਵਿਧਾਨਕ ਤੌਰ ਤੇ ਪ੍ਰਵਾਨ ਕੀਤਾ ਜਾ ਸਕਦਾ? ਇਹ ਵੀ ਇੱਕ ਪ੍ਰਸ਼ਨ ਹੈਗਾ। ਚਲੋ ਖੈਰ, ਗੱਲਾਂ ਤਾਂ ਇਹ ਆ ਕਿ ਅੱਜ ਜਿਹੜੀ ਆਰ ਪਾਰ ਦੀ ਜਿਹੜੀ ਲੜਾਈ ਆ, ਇਸ ਆਰ ਪਾਰ ਦੀ ਲੜਾਈ 'ਚ ਹੁਣ ਇਹ ਵੇਖਣਾ ਆ ਕਿ ਸੁਖਬੀਰ ਸਿੰਘ ਬਾਦਲ ਹੋਣੀ ਝੰਡੀ ਰੱਖਦੇ ਆਪਣੇ ਕੈਂਪ, ਜਾਂ ਬਾਕੀ ਤੜਾ ਇੰਨਾ ਹਾਵੀ ਹੋ ਜਾਂਦਾ ਕਿ ਜਿਸ ਦੇ ਸੂਰਤ ਵਿੱਚ ਸਰਦਾਰ ਸੁਖਬੀਰ ਸਿੰਘ ਹੁਣਾਂ ਨੂੰ ਕੋਈ ਫੈਸਲਾ ਲੈਣਾ ਪਵੇ ਪ੍ਰਧਾਨਗੀ ਛੱਡਣ ਦੇ ਸੰਬੰਧ ਵਿੱਚ। ਇਹ ਮੀਟਿੰਗਾਂ, ਦੋਵੇਂ ਮੀਟਿੰਗਾਂ ਅੱਜ ਦੀਆਂ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਵਾਸਤੇ ਸੁਖਵਿੰਦਰ ਜੀ ਬੜੀਆਂ ਮਹੱਤਵਪੂਰਨ ਨੇ ਜੀ। ਬਿਲਕੁਲ ਉਧਰ ਰਾਖੀ ਸਾਹਿਬ, ਦਿਨੋਂ ਦਿਨ ਕਰਜ਼ੇ ਦੀ ਪੰਡ ਜਿਹੜੀ ਆ ਉਹ ਭਾਰੀ ਹੁੰਦੀ ਜਾ ਰਹੀ ਹੈ। ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਕਹਿੰਦੀ ਸੀਗੀ ਕਿ ਭਾਈ ਅਸੀਂ ਖਜ਼ਾਨਾ ਪੂਰਾ ਭਰ ਲਿਆ, ਅਸੀਂ ਪਾਲਿਸੀਆਂ ਬਣਾ ਦਿੱਤੀਆਂ, ਸਾਡੇ ਕੋਲੇ ਇੰਨਾ ਮਾਲੀ ਆ ਗਿਆ, ਉਹਨਾਂ ਮਾਲੀ ਆ ਗਿਆ, ਸਾਨੂੰ ਜਿਹੜੀ ਹੈ ਉਹ ਕਰਜ਼ੇ ਦੀ ਲੋੜ ਨਹੀਂ ਹੈ। ਪਰ ਦਿਨੋਂ ਦਿਨ ਲਗਾਤਾਰ ਕਰਜ਼ਾ ਜਿਹੜਾ ਸਰਕਾਰ ਚੁੱਕੀ ਜਾ ਰਹੀ ਹੈ ਔਰ ਕਰਜ਼ੇ ਦੀ ਪੰਡ ਜਿਹੜੀ ਆ ਉਹ ਪੰਜਾਬ ਦੇ ਸਿਰ ਹੋਰ ਭਾਰੀ ਹੁੰਦੀ ਜਾ ਰਹੀ ਹੈ। ਕੀ ਕੁਝ ਅੰਕੜੇ ਹੁਣ ਤੁਹਾਡੇ ਕੋਲ? ਸੁਖਵਿੰਦਰ ਜੀ, ਆਪਾਂ ਹਮੇਸ਼ਾ ਦੂਜੇ ਪ੍ਰੋਗਰਾਮ ਦੇ ਵਿੱਚ ਦੂਸਰੇ ਜਾਂ ਤੀਜੇ ਦਿਨ ਇਸ ਇਸ਼ੂ ਨੂੰ ਜ਼ਰੂਰ ਲੈਂਦੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਆ ਵਿੱਤੀ ਹਾਲਾਤ ਉਸਦੇ ਮਾੜੇ ਹੁੰਦੇ ਜਾ ਰਹੇ ਆ ਤੇ ਕਿਸੇ ਸਮੇਂ ਵੀ ਵਿੱਤੀ ਐਮਰਜੈਂਸੀ ਜਿਹੜੀ ਉਹ ਲੱਗ ਸਕਦੀ ਆ। ਹਾਲਾਤ ਜਿਹੜੇ ਇਸ ਤਰ੍ਹਾਂ ਦੇ ਬਣ ਚੁੱਕੇ ਆ, ਅੱਜ ਤੋਂ 4 ਦਿਨ ਪਹਿਲਾਂ ਵੀ ਅਸੀਂ ਇਹਦੇ ਸੰਬੰਧੀ ਜਿਹੜੀ ਉਹ ਗੱਲ ਕੀਤੀ। ਹੁਣ ਜਿਹੜੇ ਤਾਜ਼ਾ ਅੰਕੜੇ ਸਾਹਮਣੇ ਆਏ ਆ ਸੁਖਵਿੰਦਰ ਜੀ, ਉਹ ਬੜੇ ਹੈਰਾਨੀਜਨਕ ਨੇ। ਹੈਰਾਨੀਜਨਕ ਇਸ ਪੱਖ ਤੋਂ ਕਿ ਚਲੋ ਕਰਜ਼ਾ ਤਾਂ ਸਾਰੀਆਂ ਸਰਕਾਰਾਂ ਜਿਹੜੀਆਂ ਉਹ ਲੈਂਦੀਆਂ ਰਹੀਆਂ ਨੇ, ਤਾਂ ਉਹ ਜਿਹੜਾ ਕਰਜ਼ਾ ਲੈ ਕੇ ਉਸਨੂੰ ਆਪਣੇ ਪੱਧਰ ਤੇ ਉਹ ਖਰਚਦੇ ਰਹੇ ਨੇ। ਪਰ ਕਹਿੰਦੇ ਨੇ ਕਿ ਹੁਣ ਜਿਹੜਾ ਦਿਨ ਬ ਦਿਨ ਜਿਹੜਾ ਕਰਜ਼ਾ ਜਿਹੜਾ ਉਹ ਵੱਧਦਾ ਜਾ ਰਿਹਾ, ਜਿਹੜੇ ਤੱਥ ਸਾਹਮਣੇ ਆਏ ਉਹਨਾਂ ਦੇ ਅਨੁਸਾਰ ਜਦੋਂ ਆਪਾਂ ਕਹਿ ਸਕਦੇ ਕਿ 2021 ਦੇ ਵਿੱਚ, ਹਾਂ ਯਸ 2021 ਦੇ ਵਿੱਚ ਜਿਹੜੇ ਪੰਜਾਬ ਦੇ ਸਿਰ ਦੇ ਉੱਤੇ ਕਰਜ਼ਾ ਸੀ 2.82 ਲੱਖ ਕਰੋੜ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਜਾਂ ਦੂਜੀਆਂ ਸਰਕਾਰਾਂ ਸੀ, ਤੇ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਹੈ
ਸਰਕਾਰ ਇਹਨਾਂ ਦੀ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਕਰਜ਼ਾ ਦਿਨ ਬ ਦਿਨ ਵੱਧਦਾ ਜਾ ਰਿਹਾ, ਤੇ ਇਹ ਕਿਹਾ ਜਾ ਸਕਦਾ ਕਿ ਵਿੱਤੀ ਸਾਲ ਜਿਹੜਾ 24-25 ਦੇ ਅੰਤ ਤੱਕ ਇਹ ਜਿਹੜਾ ਕਰਜ਼ਾ ਆ 3.27 ਲੱਖ ਕਰੋੜ ਸੁਖਵਿੰਦਰ ਜੀ ਹੋ ਸਕਦਾ। ਹੁਣ ਇਹਨਾਂ ਲੱਖ ਕਰੋੜ ਦੇ ਦਾ ਹਿਸਾਬ ਨਾਲ ਹੋ ਜਾਣਾ ਤੇ ਦੂਜੇ ਪਾਸੇ ਪੰਜਾਬ ਸਰਕਾਰ 3.74 ਲੱਖ ਕਰੋੜ ਜੇ ਹੋ ਜਾਂਦਾ ਤਾਂ ਸੁਖਵਿੰਦਰ ਜੀ ਹੋ ਸਕਦੀ ਜਿਹੜੀ ਜਿਹੜੇ ਤੱਥ ਸਾਹਮਣੇ ਆਏ ਆ। ਤਾਂ ਸਿੱਧੂ ਸਾਹਿਬ ਅਜਿਹੀ ਸੂਰਤ ਵਿੱਚ ਪੰਜਾਬ ਸਰਕਾਰ ਦੀਆਂ ਉਹ ਦਾਅਵੇ ਜਿਹਦੇ ਕਹਿੰਦੇ ਕਿ ਸਾਡੀ ਮਾਈਨਿੰਗ ਪਾਲਿਸੀ ਬੜੀ ਹੈ, ਸਾਡੀ ਐਕਸਾਈਜ਼ ਪਾਲਿਸੀ ਬੜੀ ਆ, ਅਸੀਂ ਉਹਦੇ ਤੋਂ GST ਵੀ ਗੱਲ ਕਰਦੇ ਕਿ GST ਤੋਂ ਵੀ ਅਸੀਂ ਬਹੁਤ ਕੁਝ ਲਿਆ ਤਾਂ ਸਾਡਾ ਜਿਹੜਾ ਖਜ਼ਾਨਾ ਜੇ ਉਹ ਭਰਿਆ ਹੈਗਾ। ਤੇ ਫਿਰ ਸਿੱਧੂ ਸਾਹਿਬ ਜੇਕਰ ਸਰਕਾਰ ਦੇ ਆਪਣੇ ਹੀ ਵਸੀਲਿਆਂ ਤੋਂ ਜਿਸ ਤਰੀਕੇ ਸਰਕਾਰ ਬਿਆਨ ਦਿੰਦੀ ਆ ਕਿ ਜੇਕਰ ਇਹੋ ਜਿਹੇ ਉਹਨਾਂ ਦੇ ਭਰੇ ਹੋਏ ਨੇ ਖਜ਼ਾਨੇ ਤਾਂ ਫਿਰ ਇਹ ਕਰਜ਼ਾ ਕਿਉਂ ਦਿਨ ਬ ਦਿਨ ਵੱਧ ਰਿਹਾ? ਸਭ ਤੋਂ ਵੱਡਾ ਪ੍ਰਸ਼ਨ ਤਾਂ ਇਹ ਬਣਦਾ। ਅੱਜ ਤੋਂ 4 ਦਿਨ ਪਹਿਲਾਂ ਪੰਜਾਬ ਦੇ ਜਿਹੜੇ ਵਿੱਤ ਵਿਭਾਗ ਨਾਲ ਸੰਬੰਧਿਤ ਅਧਿਕਾਰੀ ਸਨ ਉਹਨਾਂ ਨੇ ਵੀ ਮੁੱਖ ਮੰਤਰੀ ਸਾਹਿਬ ਨੂੰ ਇਹ ਜਾਣਕਾਰੀ ਦਿੱਤੀ ਕਿ ਆਉਂਦੇ ਦਿਨ ਜਿਹੜੇ ਨੇ ਉਹ ਨਾਜ਼ੁਕ ਹੋ ਸਕਦੇ ਨੇ ਸਰਕਾਰ ਨੂੰ। ਜੇਕਰ ਸਰਕਾਰ ਨੇ ਕੁਝ ਵੀ ਨਾ ਕੀਤਾ ਤਾਂ ਜਿਹੜਾ ਐਕਸਪੈਂਡੀਚਰ ਜਿਹੜਾ ਹੈਗਾ ਨਾ ਦੂਸਰੇ ਪਾਸੇ ਤੇ ਨਾਲ ਹੀ ਸਬਸਿਡੀਆਂ ਦੇ ਉੱਤੇ ਰੋਕ ਜਿਹੜੀ ਆ ਉਹ ਲਾਈ ਜਾ ਸਕਦੀ ਹੈ ਸਤੰਬਰ ਤੱਕ। ਜੇਕਰ ਸਤੰਬਰ ਮਹੀਨੇ ਤੱਕ ਸਥਿਤੀਆਂ ਨਾ ਸੁਧਾਰੀਆਂ ਤੇ ਇਹ ਜਿਹੜੇ ਖਰਚੇ ਨੇ ਇਹਨਾਂ ਦੇ ਉੱਤੇ ਰੋਕ ਲੱਗ ਸਕਦੀ ਹੈ, ਸਬਸਿਡੀਆਂ ਨੂੰ ਰੋਕਿਆ ਜਾ ਸਕਦਾ। ਇੱਕ ਪਾਸੇ ਤਾਂ ਤੁਹਾਡੇ ਮਹਿਕਮਾ ਜਿਹੜਾ ਅਜਿਹੀ ਅਧਿਕਾਰੀ ਜਿਹੜੇ ਨੇ ਤੁਹਾਨੂੰ ਅਜਿਹੇ ਤੌਰ ਤੇ ਸੁਚੇਤ ਕਰ ਰਹੇ ਆ, ਸਾਵਧਾਨ ਕਰ ਰਹੇ ਆ। ਦੂਜੇ ਪਾਸੇ ਕਰਜ਼ਾ ਦਿਨ ਬ ਦਿਨ ਵੱਧ ਰਿਹਾ ਤਾਂ ਸਾਫ਼ ਭਾਵ ਆ ਕਿ ਸਰਕਾਰ ਦਾ ਭਾਂਡਾ ਜਿਹੜਾ ਸੁਖਵਿੰਦਰ ਜੀ ਉਹ ਮੁੱਦਾ ਪੈ ਚੁੱਕਾ। ਸਿਰਫ ਸਰਕਾਰ ਦਾਅਵੇ ਕਰ ਰਹੀ ਆ, ਹੁਣ ਇਹ ਪੈਸੇ ਗਏ ਕਿੱਥੇ? ਆਫਟਰ ਆਲ ਅਗਰ ਵੇਖਿਆ ਜਾਵੇ ਜੇਕਰ GST ਆ ਕੁਛ ਨਾ ਕੁਛ ਮਾਈਨਿੰਗ ਆ ਐਕਸਾਈਜ਼ ਪਾਲਿਸੀ ਤੋਂ ਜਿਹੜਾ ਕੁਝ ਆਇਆ ਫਿਰ ਉਹ ਖਰਚਾ ਕਿੱਥੇ ਹੋਇਆ? ਕੋਈ ਵੀ ਇਹੋ ਜਿਹੀਆਂ ਲੋਕ ਭਲਾਈ ਸਕੀਮਾਂ ਤਾਂ ਜਿਹੜੀਆਂ ਉਹ ਨਜ਼ਰ ਨਹੀਂ ਆ ਰਹੀਆਂ। ਜਾਂ ਤਾਂ ਫਿਰ ਉਹ ਜੋ ਕੁਝ ਸਰਕਾਰ ਨੂੰ ਜੋੜੀ ਆਮਦਨ ਹੋਈ ਉਹ ਤਾਂ ਫਿਰ ਹਵਾਈ ਜਹਾਜ਼ ਦੇ ਝੂਟਿਆਂ ਨਾਲ ਹੀ ਖਰਚ ਹੋ ਗਈ, ਤੇ ਜਾਂ ਫਿਰ ਵੱਖ ਵੱਖ ਰਾਜਾਂ ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਫਿਰ ਉੱਥੇ ਪੰਜਾਬ ਸਰਕਾਰ ਦਾ ਇੱਕ ਖਜ਼ਾਨੇ ਦੀ ਵਰਤੋਂ ਹੋਈ, ਇੱਕ ਅਹਿਮ ਪ੍ਰਸ਼ਨ ਜਿਹੜਾ ਉਹ ਇਹ ਬਣ ਜਾਂਦਾ। ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਅਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਇਹਦੇ ਸੰਬੰਧੀ ਕਦੇ ਵੀ ਕੋਈ ਗੱਲ ਜਿਹੜੀ ਆ ਨਹੀਂ ਕੀਤੀ, ਤੇ ਨਾ ਹੀ ਹਰਪਾਲ ਸਿੰਘ ਚੀਮਾ ਹੋਣਾ ਨੇ ਕੀਤੀ ਜਿਹੜੇ ਵਿੱਤ ਮੰਤਰੀ ਨੇ। ਉਹ ਇੰਨੀ ਗੱਲ ਜ਼ਰੂਰ ਕਹਿੰਦੇ ਨੇ ਨਹੀਂ ਨਹੀਂ ਖਜ਼ਾਨਾ ਸਰਕਾਰਾਂ ਦੇ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ। ਠੀਕ ਹੈ, ਜੇ ਸਰਕਾਰਾਂ ਦੇ ਖਜ਼ਾਨੇ ਖਾਲੀ ਨਹੀਂ ਹੁੰਦੇ ਤਾਂ ਫਿਰ ਸਰਕਾਰਾਂ ਦੇ ਸਿਰ ਉੱਤੇ ਇੰਨਾ ਕਰਜ਼ਾ ਵੀ ਦਿਨ ਬ ਦਿਨ ਜਿਹੜਾ ਉਹ ਨਹੀਂ ਚੜ੍ਹਦਾ। ਜੇ ਚੜ੍ਹਿਆ, ਜੇ ਕਰਜ਼ਾ ਲਿਆ ਤਾਂ ਫਿਰ ਘੱਟ ਤੋਂ ਘੱਟ ਪਤਾ ਤਾਂ ਲੱਗਣਾ ਚਾਹੀਦਾ ਕਿ ਪੰਜਾਬ ਦੇ ਲੋਕਾਂ ਵਾਸਤੇ ਲੋਕ ਭਲਾਈ ਸਕੀਮਾਂ ਵਾਸਤੇ ਉਹ ਕਿੱਥੇ ਖਰਚ ਹੋਇਆ, ਜਿਹਦੇ ਸੰਬੰਧੀ ਸਰਕਾਰ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ। ਹਾਲਾਂਕਿ ਆਪਣੀਆਂ ਪ੍ਰਾਪਤੀਆਂ ਵਾਸਤੇ ਬੜੇ ਵੱਡੇ ਵੱਡੇ ਇਸ਼ਤਿਹਾਰ ਬੀਤੇ ਸਮੇਂ 'ਚ ਦਿੰਦੇ ਰਹੇ ਆ। ਆਹ ਹੁਣ 2-4 ਮਹੀਨੇ ਹੋ ਗਿਆ ਕੋਈ ਵੱਡਾ ਇਸ਼ਤਿਹਾਰ ਇਹ ਅਖਬਾਰ 'ਚ ਨਜ਼ਰ ਨਹੀਂ ਆਇਆ, ਪਤਾ ਨਹੀਂ ਕੀ ਕਾਰਨ, ਜਾਂ ਉੱਥੇ ਵੀ ਖਜ਼ਾਨੇ ਦੀ ਜਿਹੜੀ ਕਮੀ ਹੋ ਗਈ ਆ। ਬਾਕੀ ਇਹ ਜਿਹੜੇ ਤੱਥ ਆਏ ਨੇ ਸੁਖਵਿੰਦਰ ਜੀ ਸਾਹਮਣੇ ਇਹ ਪੰਜਾਬ ਦੇ ਵਿੱਤੀ ਗੰਭੀਰ ਵਿੱਤੀ ਸੰਕਟ ਵੱਲ ਜਿਹੜਾ ਇਸ਼ਾਰਾ ਜਿਹੜਾ ਉਹ ਜ਼ਰੂਰ ਕਰਦੇ। ਬਿਲਕੁਲ, ਉੱਧਰ ਕਹਿੰਦੇ ਗੰਨੇ ਦੇ ਉਤਪਾਦਕਾਂ ਨੂੰ ਵੀ ਕਹਿੰਦੇ ਇਹਨਾਂ ਦੇ ਵੱਲੋਂ ਨਹੀਂ ਹਜੇ ਅਦਾਇਗੀ ਜਿਹੜੀ ਉਹ ਦਿੱਤੀ ਗਈ, ਔਰ ਇਹਦੇ ਤੇ ਵੀ ਬਹੁਤ ਵੱਡੀ ਅਣਖੇ ਸਾਹਿਬ ਨਲਾਇਕੀ ਸਰਕਾਰ ਦੀ ਜਿਹੜੀ ਨਜ਼ਰ ਆ ਰਹੀ ਹੈ ਕਿ ਆਪ ਸਰਕਾਰ ਗੰਨਾ ਉਤਪਾਦਕਾਂ ਨੂੰ ਕਹਿੰਦੇ ਮਿੱਠੇ ਸਮੇਂ ਤੇ ਅਦਾਇਗੀ ਕਰਨ ਤੋਂ ਜਿਹੜਾ ਉਹ ਭੱਜ ਗਈ ਹੈ, ਔਰ ਰਾਜ ਦੀਆਂ ਕਹਿੰਦੇ ਸਹਿਕਾਰੀ ਖੰਡ ਮਿੱਲਾਂ ਵੱਲੋਂ 97 ਕਰੋੜ ਤੋਂ ਵੱਧ ਦਾ ਜਿਹੜਾ ਬਕਾਇਆ ਵਾ, ਔਰ ਕਿਸਾਨ ਜਥੇਬੰਦੀਆਂ ਵੱਲੋਂ ਜਿਮਨੀ ਚੋੜ ਚ ਆਪ ਦੇ ਵਿਰੋਧ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਗਿਆ। ਮੈਂ ਆਪਾਂ ਪਹਿਲਾਂ ਹੀ ਉਦਣ ਗੱਲ ਕਰਦੇ ਸੀਗੇ ਕਿ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਇਹਨਾਂ ਦੇ ਵਿਰੋਧ ਦਾ, ਤੇ ਉਧਰੋਂ ਹੁਣ ਕਿਸਾਨ ਜਥੇਬੰਦੀਆਂ ਨੇ ਵੀ ਐਲਾਨ ਕਰਤਾ, ਤੇ ਸਥਿਤੀਆਂ ਤਾਂ ਇਹਨਾਂ ਦੇ ਲਈ ਬੜੀਆਂ ਮਾੜੀਆਂ ਹੁੰਦੀਆਂ ਜਾ ਰਹੀਆਂ। ਬਿਲਕੁਲ ਸੁਖਵਿੰਦਰ ਜੀ, ਆ ਤਾਂ ਆਪਾਂ ਰੋਜ਼ ਹੀ ਗੱਲ ਕਰਦੇ, ਰੋਜ਼ ਜਦੋਂ ਦੀ ਜਿਮਨੀ ਚੋਣ ਸ਼ੁਰੂ ਹੋਈ ਆ ਕਦੇ ਕੋਈ ਮੁਲਾਜ਼ਮ ਜਥੇਬੰਦੀ ਆ ਜਾਂਦੀ, ਪੰਜਾਬ ਪੈਨਸ਼ਨ ਯੂਨੀਅਨ ਵੱਲੋਂ ਵੀ ਆ ਗਿਆ, ਪਟਵਾਰ ਯੂਨੀਅਨ ਵੱਲੋਂ ਵੀ ਆ ਗਿਆ, ਤੇ ਹੁਣ ਗੰਨਾ ਉਤਪਾਦਕਾਂ ਵੀ ਨਹੀਂ ਐਲਾਨ ਕਰਦਾ ਕਿ ਉਸ ਜਿਮਨੀ ਚੋਣ ਚ ਵਿਰੋਧ ਉਹ ਕਰਦੇ। ਚਲੋ ਉਹ ਉਹਨਾਂ ਦਾ ਫੈਸਲਾ, ਪਰ ਜਿਹੜੀ ਤ੍ਰਾਸਦੀ ਆ, ਤ੍ਰਾਸਦੀ ਗੰਨਾ ਉਤਪਾਦਕਾਂ ਦੇ ਉਸ ਬਕਾਇਦੀ ਆ ਜਿਹੜਾ ਅਜੇ ਤੱਕ ਉਹਨਾਂ ਨੂੰ ਮਿਲਿਆ ਨਹੀਂ। ਗੰਨਾ ਸੀਜ਼ਨ ਨੂੰ
ਸਮਾਪਤ ਹੋਇਆ 3 ਮਹੀਨੇ ਦਾ ਜਿਹੜਾ ਸਮਾਂ ਆ ਉਹ ਹੋ ਚੁੱਕਾ, ਪਰ ਅਜੇ ਵੀ ਗੰਨਾ ਉਤਪਾਦਕਾਂ ਦਾ ਬਕਾਇਆ 97 ਕਰੋੜ ਦੇ ਕਰੀਬ ਜਿਹੜਾ ਬਕਾਇਆ ਆ ਉਹ ਸਰਕਾਰੀ ਖੱਡ ਬਿੱਲਾਂ ਵੱਲ ਜਿਹੜੀਆਂ ਵੱਲ ਬਣਦਾ ਪਿਆ ਤੇ ਜਿਹੜਾ ਸਰਕਾਰ ਨੇ ਅਜੇ ਤੱਕ ਭੁਗਤਾਨ ਜਿਹੜਾ ਉਹ ਨਹੀਂ ਕੀਤਾ। ਜਦੋਂ ਕਿ ਨਿਜ਼ਮ ਜਿਹੜੇ ਉਹ ਕਹਿੰਦੇ ਨੇ ਕਿ 14 ਦਿਨਾਂ ਦੇ ਅੰਦਰ ਅੰਦਰ ਇਹ ਜਿਹੜਾ ਗੰਨੇ ਦਾ ਬਕਾਇਆ ਜਾਂ ਕਿਸਾਨਾਂ ਦਾ ਜਿਹੜਾ ਭੁਗਤਾਨ ਆ ਉਹ ਹੋ ਜਾਣਾ ਚਾਹੀਦਾ, ਪਰ ਤ੍ਰਾਸਦੀ ਇਸ ਗੱਲ ਦੀ ਆ ਕਿ 14 3 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਕਿਸਾਨਾਂ ਨੂੰ ਉਹਨਾਂ ਦੇ ਬਕਾਏ ਦੀ ਜਿਹੜੀ ਰਾਸ਼ੀ ਜਿਹੜੀ ਉਹ ਨਹੀਂ ਮਿਲੀ। ਹਾਲਾਂਕਿ ਕਹਿੰਦੇ ਨੇ ਕਿ 150 ਕਰੋੜ ਰੁਪਇਆ ਜਿਹੜਾ ਕਿਸਾਨਾਂ ਦਾ ਜਿਹੜਾ ਉਹ ਵੰਡ ਦਿੱਤਾ ਗਿਆ, ਪਰ 97 ਕਰੋੜ ਦਾ ਬਕਾਇਆ ਅਜੇ ਵੀ ਸਰਕਾਰ ਜਿਹੜੀ ਆ ਦੇਣ ਤੋਂ ਆਫੀਸਲੀ ਹੋਈ ਪਈ ਆ, ਉਹਨਾਂ ਨੂੰ ਦੇ ਨਹੀਂ ਰਹੀ। ਤਾਂ ਉਸ ਸੂਰਤ ਦੇ ਵਿੱਚ ਉਹ ਬਕਾਇਦਾ ਤੌਰ ਤੇ ਹਰ ਖੰਡ ਬਿੱਲ ਦਾ ਵੇਰਵਾ ਜਿਹੜਾ ਉਹਨਾਂ ਨੇ ਦਿੱਤਾ ਕਿ ਉਹਦੇ ਵੱਲ ਇੰਨਾ ਬਕਾਇਆ, ਉਹਦੇ ਵੱਲ ਇੰਨਾ ਬਕਾਇਆ, ਕੁੱਲ ਬਕਾਇਆ 97 ਕਰੋੜ ਰੁਪਇਆ ਬਣਦਾ। ਤਾਂ ਹੁਣ ਅਜਿਹੀ ਸਥਿਤੀ ਜਦੋਂ ਚੋਣਾਂ ਜਿਮਨੀ ਚੋਣਾਂ ਸਿਰ ਤੇ ਹੁਣ, ਮੈਂ ਇੱਕ ਜਿਮਨੀ ਚੋਣ ਦੀ ਨਹੀਂ ਗੱਲ ਕਰਦਾ, ਚਾਰ ਹੋਰ ਵੀ ਕਰ ਲਓ, 4 ਜਿਮਨੀ ਚੋਣਾਂ ਤੇ ਇੱਕ ਜਿਹੜੀ ਸਿਰ ਤੇ ਜਿਹੜੀ ਦਸ ਚਲਾ ਇਹਨੂੰ ਲੜੀ ਜਾ ਰਹੀ ਹੈ, ਹੋ ਰਹੀ ਆ, ਉਹਦੇ ਵਿੱਚ ਪਹਿਲਾਂ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਨੇ ਉਹ ਵੀ ਵਿਰੋਧ ਦਾ ਐਲਾਨ ਕਰ ਚੁੱਕੇ ਨੇ, ਚਾਹੇ ਪਟਵਾਰੀ ਨੇ ਚਾਹੇ ਦੂਸਰੇ ਬੰਦੇ ਨੇ। ਤਾਂ ਹੁਣ ਜੇਕਰ ਕਿਸਾਨ ਗੰਨਾ ਉਤਪਾਦਕ ਵੀ ਸਰਕਾਰ ਦੇ ਵਿਰੋਧ ਵਿੱਚ ਆ ਜਾਂਦੇ, ਹਾਲਾਂਕਿ ਇਹ ਗੱਲ ਮੈਂ ਜ਼ਰੂਰ ਕਰਦਾ ਵਾਂ ਕਿਉਂਕਿ ਜਿੱਥੇ ਇਹ ਜਿਮਨੀ ਚੋਣ ਹੋ ਰਹੀ ਆ ਉੱਥੇ ਸਿੱਧੂ ਸਾਹਿਬ ਕਿਸਾਨਾਂ ਦਾ ਇੰਨਾ ਪ੍ਰਭਾਵ ਉੱਥੇ ਹੈ ਨਹੀਂ, ਕਿਸਾਨ ਜਥੇਬੰਦੀਆਂ ਦਾ ਜਾਂ ਗੰਨਾ ਉਤਪਾਦਕਾਂ ਦਾ। ਪਰ ਸਰਕਾਰ ਦੇ ਵਿਰੋਧ ਵਾਸਤੇ ਇੱਕ ਜਿਹੜੀ ਇਹ ਲਹਿਰ ਆ ਇਹ ਜ਼ਰੂਰ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਜ਼ਰੂਰ ਦੇ ਦਿੰਦੀ ਆ ਕਿ ਹਾਂ ਵੀ ਸਰਕਾਰ ਨੇ ਇਹਨਾਂ ਲੋਕਾਂ ਨਾਲ ਜੇ ਵਾਅਦੇ ਬੀਤੇ ਸਮੇਂ ਦੇ ਵਿੱਚ ਪੂਰੇ ਨਹੀਂ ਕੀਤੇ, ਜੇਕਰ ਇਹਨਾਂ ਨੂੰ ਬਕਾਏ ਦਿੱਤੇ ਜਿਹੜੇ ਇਹਨਾਂ ਦੇ ਬਣਦੇ ਸੀ ਉਹ ਅਜੇ ਤੱਕ ਕਲੀਅਰ ਨਹੀਂ ਕੀਤੇ, ਤਾਂ ਫਿਰ ਮੁੱਖ ਮੰਤਰੀ ਸਾਹਿਬ ਜਿਹੜੇ ਇੰਨੀ ਗੱਲ ਕਹਿ ਰਹੇ ਕਿ 2 ਜਾਂ 3 ਦਿਨ ਮੈਂ ਰੋਜ਼ ਜਲੰਧਰ 'ਚ ਵਿਆਹ ਕਰਨਾ, ਤਾਂ ਫਿਰ ਉਹਨਾਂ ਨੇ ਬਹਿ ਕੇ ਵੀ ਤਾਂ ਉੱਥੇ ਲੋਕਾਂ ਨੂੰ ਇਹੋ ਵਾਅਦੇ ਕਰਨੇ, ਤੁਹਾਨੂੰ ਇਹ ਵੀ ਦੇ ਦਾਂਗੇ, ਤੁਹਾਨੂੰ ਉਹ ਵੀ ਦੇ ਦਾਂਗੇ, ਤੁਸੀਂ ਵੋਟਾਂ ਸਾਡੇ ਉਮੀਦਵਾਰ ਨੂੰ ਪਾਓ। ਤਾਂ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਦੇ ਇਹ ਦਾਅਵੇ ਜਦੋਂ ਉਹਨਾਂ ਲੋਕਾਂ ਨਾਲ ਹੋਣਗੇ ਜਿਹੜੇ ਉਸ ਹਲਕੇ ਦੇ ਵੋਟਰ ਨੇ, ਤੇ ਦੂਜੇ ਪਾਸੇ ਇਹ ਲੋਕ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਉਸ ਹਲਕੇ 'ਚ ਜਾ ਕੇ ਵਿਰੋਧ ਕਰਨਗੇ, ਤਾਂ ਫਿਰ ਸਿੱਧੂ ਸਾਹਿਬ ਉਹਦਾ ਜਵਾਬ ਜਿਹੜਾ ਨਾ ਤਾਂ ਮੁੱਖ ਮੰਤਰੀ ਸਾਹਿਬ ਕੋਲ ਹੋਣਾ, ਨਾ ਵਿਧਾਇਕ ਕੋਲ ਹੋਣਾ, ਤੇ ਨਾ ਹੀ ਫਿਰ ਆਮ ਆਦਮੀ ਪਾਰਟੀ ਦੇ ਸਮਰਥਕਾਂ ਕੋਲ ਹੋਣਾ। ਤਾਂ ਫਿਰ ਅਜਿਹੀ ਸਥਿਤੀ ਤੋਂ ਬਚਣ ਵਾਸਤੇ ਜ਼ਰੂਰੀ ਆ ਇਹ, ਕਿਉਂਕਿ ਇੱਕ ਤਾਂ ਜਿੰਮੀ ਚੋਣ ਇਸ ਵੇਖੋ ਇਹਦੇ ਨਤੀਜੇ ਕੀ ਨਿਕਲਦੇ, ਭਵਿੱਖਬਾਣੀ ਆਪਾਂ ਕਿਉਂ ਕਰਦੀ ਹਾਂ ਅਸੀਂ ਕਿਸੇ ਪਾਰਟੀ ਦੇ ਸਪੋਰਟਰ ਦੀ, ਪਰ ਅਜਿਹੀ ਸਥਿਤੀ ਜੋ ਸਾਹਮਣੇ ਆਊਗੀ ਤਾਂ ਫਿਰ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਸੁਪਨੇ ਨੇ ਸ਼ਾਇਦ ਉਹ ਪੂਰੇ ਨਾ ਹੋਣ, ਤਾਂ ਸੋ ਚੰਗੀ ਗੱਲ ਹੈ। ਸੋ ਇਸ ਲਈ ਚੰਗੀ ਗੱਲ ਆ ਕਿ ਜਿਹੜੇ ਵਾਅਦੇ ਵੱਖ ਵੱਖ ਵਰਗਾਂ ਨਾਲ ਤੁਸੀਂ ਕੀਤੇ ਆ, ਚਾਹੇ ਓਲਡ ਪੈਨਸ਼ਨ ਵਾਲਿਆਂ ਨਾਲ ਕੀਤੇ ਆ ਚਾਹੇ ਕਿਸੇ ਨਾਲ ਵੀ ਕੀਤੇ ਆ, ਉਹਨਾਂ ਵਾਅਦਿਆਂ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰੋ। ਸੋ ਇਹ ਜਿਹੜੇ ਕਿਸਾਨ ਉਤਪਾਦਕ ਨੇ ਗੰਨਾ ਉਤਪਾਦਕ, ਇਹਨਾਂ ਦੀ ਵੀ ਜਿਹੜੀ ਰਾਹਤ ਜਿਹੜੀ ਰਾਸ਼ੀ ਬਣਦੀ ਆ ਤੁਰੰਤ ਉਹਨਾਂ ਨੂੰ ਭੁਗਤਾਨ ਕੀਤਾ ਜਾ ਸਕੇ, ਕਿਉਂਕਿ ਹਰ ਵਿਅਕਤੀ ਨੇ ਆਪੋ ਆਪਣੀਆਂ ਲੋੜਾਂ ਦੇ ਅਨੁਸਾਰ ਜਿਹੜੇ ਖਰਚੇ ਜਿਹੜੇ ਆ ਉਹ ਕਰਦੇ ਹੁੰਦੇ। ਜੀ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਪ੍ਰੋਫੈਸਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਦੇ ਵੱਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਬਣਾਂਗੇ। ਧੰਨਵਾਦ।